ਜਲੰਧਰ ਦੇ ਈਐਸਆਈ ਹਸਪਤਾਲ ਵਿੱਚ ਜਾਂਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਉੱਥੇ ਜੰਗਲੀ ਸਾਂਭਰ ਆਵੜਿਆ। ਜਾਣਕਾਰੀ ਮੁਤਾਬਕ ਇਹ ਪਤਾ ਲੱਗਾ ਕਿ ਜੰਗਲੀ ਸਾਂਭਰ ਰਾਤ ਵੇਲੇ ਇੱਥੇ ਆਇਆ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਸਕਿਉਰਿਟੀ ਗਾਰਡ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਡਿਊਟੀ 'ਤੇ ਆਇਆ ਤਾਂ ਉਸਨੂੰ ਪਤਾ ਲੱਗਿਆ ਕਿ ਇੱਕ ਜੰਗਲੀ ਸਾਂਭਰ ਇੱਥੇ ਵੜ ਆਇਆ, ਜਿਸ ਤੋਂ ਬਾਅਦ ਉਸਨੂੰ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤੀ। ਮੌਕੇ 'ਤੇ ਹੀ ਜੰਗਲਾਤ ਵਿਭਾਗ ਦੇ ਕਰਮਚਾਰੀ ਵੀ ਆ ਗਏ ਅਤੇ 2-3 ਘੰਟੇ ਦੀ ਕੜੀ ਮੁਸ਼ਕਤ ਤੋਂ ਬਾਅਦ ਸਾਂਭਰ ਨੂੰ ਉਹਨਾਂ ਨੇ ਕਾਬੂ ਕਰ ਲਿਆ। ਸਕਿਉਰਿਟੀ ਗਾਰਡ ਨੇ ਦੱਸਿਆ ਕਿ ਸਾਂਭਰ ਵੱਲੋਂ ਕੋਈ ਵੀ ਤਬਾਹੀ ਨਹੀਂ ਕੀਤੀ ਗਈ। ਭਾਜੀ ਕੀ ਗੱਲ ਕੀ ਸੀ, ਜਾਨਵਰ ਕਿੱਦਾਂ ਆ ਗਏ ਇਸ ਹਸਪਤਾਲ 'ਚ? ਇਹ ਗੱਲ ਇੱਦਾਂ ਕਿ ਸਵੇਰੇ ਅਸੀਂ 8 ਵਜੇ ਡਿਊਟੀ 'ਤੇ ਆਏ ਆਪਣੇ ਨਾ, ਡਿਊਟੀ 'ਤੇ ਆਏ ਅਸੀਂ, ਹਾਂਜੀ, ਅਸੀਂ ਗਾਰਡ ਚੇਂਜ ਕੀਤੀ ਅਤੇ ਸਾਨੂੰ ਫਿਰ ਦੂਜੇ ਬੰਦੇ ਦੱਸਿਆ, ਕਹਿੰਦੇ ਕਿ ਇੱਥੇ ਰਾਤ ਦੇ ਜਾਨਵਰ ਆਇਆ ਹੈਗਾ ਜੀ। ਅੱਛਾ ਜੀ। ਕਹਿੰਦੇ ਕਿ ਨੀਲ ਗਾਂ ਵੈ ਅਤੇ ਅਸੀਂ ਚੈੱਕ ਕੀਤਾ, ਪਤਾ ਕੀਤਾ ਅਤੇ ਕਹਿੰਦੇ ਕਿ ਸਾਂਭਰ ਹੈ। ਅੱਛਾ ਜੀ। ਅਤੇ ਫਿਰ ਅਸੀਂ ਫੋਨ ਕੀਤਾ ਤਕਰੀਬਨ 10 ਵਜੇ। ਅੱਛਾ ਜੀ। ਪਹਿਲਾਂ ਆਪ ਲੱਭਦੇ ਰਹੇ ਹਾਂ, ਫਿਰ ਫੋਨ ਕੀਤਾ, ਫੋਨ ਕਰਕੇ ਅਤੇ ਫਿਰ ਉਹ ਜੰਗਲਾਤ ਵਿਭਾਗ ਵਾਲੇ ਆਏ ਬੰਦੇ। ਅੱਛਾ ਜੀ। ਲੈ ਕੇ ਨਾ, ਹਾਂਜੀ, ਜੋ 3-4 ਬੰਦੇ ਆਏ ਉਹਨਾਂ ਦੇ, ਬਾਅਦ 'ਚ ਅਸੀਂ ਵੀ 8-10 ਬੰਦੇ ਨਾਲ ਲੱਗੇ ਹਾਂ ਅਤੇ 3-4 ਘੰਟੇ ਲੱਗੇ ਉਹਨੂੰ ਫੜਨ ਨੂੰ। ਅਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਅਤੇ ਪੇਸ਼ੈਂਟ ਹੁੰਦੇ ਨੇ ਹੋਰ ਵੀ? ਨਹੀਂ, ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ, ਬਚਾਅ ਹੋ ਗਿਆ। ਕਿੰਨੀ ਕੁ ਦੇਰ ਲੱਗ ਗਈ ਮੁਸ਼ਕਤ ਕਰਦੇ? ਇਹਨਾਂ 3-4 ਘੰਟੇ ਲੱਗ ਗਏ। ਅੱਛਾ ਜੀ। ਅਤੇ ਕੋਈ ਹੋਰ ਨੁਕਸਾਨ ਵਗੈਰਾ ਕੁਛ? ਨਹੀਂ, ਨੁਕਸਾਨ ਕਿਸ ਤਰ੍ਹਾਂ ਆ ਗਿਆ ਅੰਦਰ ਕੋਈ? ਇਹ ਕਿਤੇ ਰਾਤ ਹੈ, ਕਿਤੇ ਰਾਤ ਨੂੰ ਆ ਗਿਆ, ਕਿਤੇ ਮਤਲਬ ਨਾ ਕੋਈ ਪ੍ਰਾਥਮਿਕ ਸਹਾਇਤਾ ਕਰ ਦਿੱਤੀ ਗਈ ਹੈ। ਇਸ ਨੂੰ ਹੁਣ ਜੰਗਲ ਵਿੱਚ ਛੱਡ ਦਿੱਤਾ ਜਾਏਗਾ। ਜੰਗਲੀ ਜਾਨਵਰ ਆ, ਪਹੁੰਚਿਆ ਕੁਛ ਪਤਾ? ਇੱਥੇ ਬਾਰੇ ਹਾਲੇ ਕੁਛ ਨੀ ਪਤਾ, ਚਲੋ ਜਿੱਦਾਂ ਵੀ ਹੋਇਆ ਤੁਹਾਨੂੰ ਹੌਲੀ ਹੌਲੀ ਸਾਰਾ ਕੁਛ ਪਤਾ ਲੱਗ ਗਿਆ। ਡਾਕਟਰ ਦਮਨਵੀਰ ਸਿੰਘ, ਪੋਲੀ ਕਲੀਨਿਕ ਜਲੰਧਰ। ਜੰਗਲਾਤ ਵਿਭਾਗ ਦੇ ਕਰਮਚਾਰੀ ਦਾ ਕਹਿਣਾ ਹੈ ਕਿ ਸਾਂਭਰ ਨੂੰ ਕੋਈ ਵੀ ਗੰਭੀਰ ਸੱਟ ਨਹੀਂ ਲੱਗੀ, ਉਹ ਬਿਲਕੁਲ ਠੀਕ ਹੈ। ਹੁਣ ਇਸ ਨੂੰ ਚੋਹਾਲ ਵਿਖੇ ਲਿਜਾ ਕੇ ਛੱਡ ਦਿੱਤਾ ਜਾਏਗਾ। ਬੰਦਿਆਂ ਨੇ ਸਾਰਿਆਂ ਰਲ ਕੇ ਅਸੀਂ ਇਹਨੂੰ ਕਾਬੂ ਕਰ ਲਿਆ, ਹੁਣ ਇਹਨੂੰ ਜੰਗਲਾ ਛੱਡਿਆ ਜਾਏਗਾ। ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ? 2 ਘੰਟੇ ਹੋ ਗਏ। 2 ਘੰਟੇ ਹੋ ਗਏ? ਕਿਹਾ ਜਰਾ ਰਾਤ ਦਾ ਆਇਆ ਹੋਇਆ ਸੀਗਾ ਹੋਸਪਿਟਲ ਦੇ ਵਿੱਚ? ਅਸਾਂ ਕੰਪਲੇਂਟ ਸਾਨੂੰ ਫਿਰ ਆਈ ਹੈ ਅਤੇ ਜਿੱਦਾਂ ਹੀ ਕੰਪਲੇਂਟ ਆਈ ਅਸੀਂ ਪਹੁੰਚੇ ਹਾਂ ਅਤੇ ਪਹੁੰਚ ਕੇ ਆਪਾਂ ਆਪਣੀ ਕਾਰਵਾਈ ਜਿਹੜੀ ਬੰਦ ਕੀਤੀ ਹੈ। ਅਤੇ ਆਪਣੇ ਇਸ ਟਾਈਮ ਇਹਨੂੰ ਲਿਜਾ ਕੇ ਕਿੱਥੇ ਛੱਡਿਆ ਜਾਏਗਾ? ਇਹ ਸਰ ਚੋਹਾਲ ਹੁਸ਼ਿਆਰਪੁਰ ਤੋਂ 10 ਕਿਲੋਮੀਟਰ ਉੱਪਰ ਜੰਗਲਾਂ ਦੇ ਵਿੱਚ। ਅਤੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਵਗੈਰਾ? ਕੋਈ ਨੁਕਸਾਨ ਨਹੀਂ ਹੈ ਸਰ, ਬੜੇ ਆਰਾਮ ਨਾਲ ਫੜਿਆ ਉਹਨੂੰ। ਠੀਕ ਹੈ, ਕੀ ਨਾਮ ਤੁਹਾਡਾ? ਮੇਰਾ ਸਰ ਪ੍ਰਦੀਪ ਸ਼ਰਮਾ, ਵਾਈਲਡ ਲਾਈਫ ਡਿਪਾਰਟਮੈਂਟ। ਜਲੰਧਰ ਤੋਂ ਬਿਊਰੋ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਮੇਰੇ ਬਾਪੂ ਤੇ ਮੇਰੀ ਮਾਂ ਨੇ ਸਾਰੀ ਉਮਰ ਆਪਣੇ ਆਪ ਨੂੰ ਭੁੱਲ ਕੇ ਮੈਨੂੰ ਮੇਰੀ ਜ਼ਿੰਦਗੀ ਵਿੱਚ ਪੌੜੀ ਪੌੜੀ ਚੜ੍ਹਨਾ ਸਿਖਾਇਆ। ਮੇਰੀ ਹਰ ਮੁਸ਼ਕਲ ਨੂੰ ਹਰ ਕੀਮਤ 'ਤੇ ਹੱਲ ਕੀਤਾ ਉਹਨਾਂ ਨੇ। ਮੈਂ ਉਹਨਾਂ ਦਾ ਦੇਣਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ, ਜਿਵੇਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਭੁੱਲ ਸਕਦਾ। ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਉਹਨਾਂ ਦੀ ਅਤੇ ਸਾਰੇ ਪੰਜਾਬੀਆਂ ਦੀ ਮਾਂ ਪਾਰਟੀ ਰਹੀ ਹੈ। ਕਦੇ ਉਹ ਬੁਰੇ ਲੱਗਦੇ ਨੇ ਅਤੇ ਕਦੇ ਚੰਗੇ, ਪਰ ਮਾਂ ਬਾਪ ਕਦੀ ਬਦਲੇ ਨਹੀਂ ਜਾਂਦੇ।